ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਗੁਰਬਾਣੀ ਦਾ ਫਰਮਾਨ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲਰ ਰੱਖੀ ਮੇਰੀ ਸੋ ਅੱਜ ਦਾਸ ਤਨ ਗੁਰ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਦਰਸ਼ਨਾਂ ਦੇ ਵਿੱਚ ਇਕ ਐਸੀ ਘਟਨਾ ਦਾ ਜੇਕਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ ਜਿਸ ਘਟਨਾ ਤੋਂ ਸਾਨੂੰ ਗਿਆਤ ਹੁੰਦਾ ਹੈ ਕਿ ਆਪ ਨਰਿੰਕਾਰ ਜਗਤ ਜਲਣ ਦੇ ਨੂੰ ਰੱਖਣ ਵਾਸਤੇ ਕਿਵੇਂ ਨਿਮਰਤਾ ਦੇ ਭੰਟੇ ਦੇ ਵਿੱਚ ਰਹਿ ਕੇ ਇਸ ਸੰਸਾਰ ਦਾ ਭਲਾ ਕਰ ਰਿਹਾ ਹੈਗਾ ਇੱਕ ਵਰ ਕੀ ਹੋਇਆ ਕਿ ਧੰਗੁਰ ਨਾਨਕ ਸਾਹਿਬ ਮਹਾਰਾਜ ਬਲ ਅਤੇ ਮਰਦਾਨਾ ਜੀ ਤਿੰਨੇ ਜਾਣੇ ਜਗਤ ਜਲਣ ਦੇ ਦੇ ਜ਼ਿੰਦਾਰਨ ਵਾਸਤੇ ਜਦ ਜਾ ਰਹੇ ਸੀ ਤੋ ਰੇ ਜਾਂਦੇ ਆ ਤੇ ਰਸਤੇ ਦੇ ਵਿੱਚ ਇੱਕ ਸਮੁੰਦਰ ਆਇਆ ਜਦ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਸਮੁੰਦਰ ਦੇ ਕੰਢੇ ਤੇ ਪਹੁੰਚੇ ਤੇ ਉੱਥੇ ਕੀ ਦੇਖਿਆ ਕਿ ਇੱਕ ਪੱਥਰ ਦੀ ਸਿਲਾ ਹੈਗੀ ਆ ਉਹ ਜਿਹੜੀ ਸਿਲਾ ਹੈਗੀ ਆ ਉਹ ਸਿਲਾ ਦੇ ਉੱਤੇ ਇੱਕ ਕੋਈ ਵਿਅਕਤੀ ਬੈਠਾ ਹੈਗਾ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਵਿਅਕਤੀ ਵੱਲ ਦੇਖਿਆ ਥੋੜੇ ਜਿਹਾ ਮੁਸਕਰਾਏ ਤੇ ਉਹਦੇ ਵੱਲ ਨੂੰ ਚਲੇ ਗਏ ਜਦ ਚਲ ਗਏ ਤਾਂ ਉਹ ਜਿਹੜਾ ਵਿਅਕਤੀ ਸਿਲਾ ਦੇ ਉੱਤੇ ਬੈਠਾ ਸੀਗਾ ਉਹਨੇ ਨੈਤਰ ਖੋਲੇ ਗੁਰੂ ਨਾਨਕ ਸਾਹਿਬ ਮਰਬਲ ਤੱਕਣਾ ਕੀਤਾ ਮਨ ਚ ਸੋਚਿਆ ਵੀ ਤੈਨ ਕੋਈ ਹੈ ਨਾ ਪਰਦੇਸੀ ਆਦਮੀ ਆਇਆ ਹੈਗੇ ਸੰਤ ਲਵਾਸ ਵਿੱਚ ਖੈਰ ਉਹ ਉਸਨੇ ਕੀ ਕੀਤਾ ਉਸੇ ਟਾਈਮ ਧੰ ਗੁਰਨਾਨਕ ਸਾਹਿਬ ਮਹਾਰੇ ਨੂੰ ਪੁੱਛਿਆ ਕਹਿੰਦੇ ਵੀ ਜੱਪਦਾ ਤੁਸੀਂ ਕੋਈ ਪਰਦੇਸੀ ਆਓ ਬੈਠੋ ਜਦ ਇੰਨੀ ਗੱਲ ਹੋਈ ਤੇ ਗੁਰੂ ਸਾਹਿਬ ਕਹਿੰਦੇ ਹਾਂ ਪਾਈ ਅਸੀਂ ਬੈਠ ਜਾਂਦੇ ਆ ਧੰ ਗੁਰਨਾਨਕ ਸਾਹਿਬ ਮਹਾਰੇ ਜੀ ਬੈਠ ਗਏ ਤਾਂ ਫਿਰ ਉਹ ਕਹਿਣ ਲੱਗਾ ਕਿ ਆ ਦੇਖੋ ਸਮੁੰਦਰ ਕਿਦਾਂ ਵੱਡਾ ਹੈਗਾ ਲੱਗਦਾ ਤੁਸੀਂ ਵੀ ਸਮੁੰਦਰ ਦੀ ਸੈਰ ਕਰਨ ਆਏ ਆ ਚਲੋ ਮੈਂ ਤੁਹਾਨੂੰ ਸਮੁੰਦਰ ਦੀ ਸੈਰ ਆਪ ਹੀ ਕਰਾਨਾ ਹੈਗਾ ਯਾਦ ਇਹ ਗੱਲ ਹੋਈ ਤਾਂ ਫਿਰ ਭਾਈਵਾਲਾ ਜੀ ਦੇਖਣ ਲੱਗੇ ਵੀ ਇੱਥੇ ਕੋਈ ਬੇੜੀ ਨਹੀਂ ਕੋਈ ਤਲਹਾ ਨਹੀਂ ਕੁਛ ਨਹੀਂ ਇਹ ਆਦਮੀ ਸਮੁੰਦਰ ਦੀ ਸੈਰ ਕਿਵੇਂ ਕਰਾਏਗਾ ਫਿਰ ਭਾਈ ਮਰਦਾਨਾ ਜੀ ਨੇ ਪੁੱਛ ਲਿਆ ਕਹਿੰਦੇ ਭਾਈ ਇੱਥੇ ਬੇੜੀ ਤਲਹਾ ਕੋਈ ਨਜ਼ਰ ਨਹੀਂ ਆਉਂਦਾ ਤੁਸੀਂ ਸਮੁੰਦਰ ਦੀ ਸੈਰ ਕਿਵੇਂ ਕਰਾਉਂਗੇ ਤਾਂ ਉਹ ਜਿਹੜਾ ਵਿਅਕਤੀ ਉਸ ਥਾਂ ਤੇ ਬੈਠਾ ਸੀਗਾ ਉਹ ਹੱਸਣ ਲੱਗ ਪਿਆ ਉਹ ਚੀਤੀ ਕਹਿਣ ਲੱਗਾ ਸਾਨੂੰ ਬੀੜੀ ਤੇ ਤੁਲਹਾ ਦੀ ਕੀ ਲੋੜ ਹੈਗੀ ਆ ਅਸੀਂ ਤਾਂ ਜੇ ਇਸ ਆਪਣੇ ਇਸ ਪੱਥਰ ਦੇ ਮਸੱਲੇ ਤੇ ਬੈਠੇ ਆ ਇਸ ਨੂੰ ਹੀ ਬੀੜੀ ਬਣਾ ਕੇ ਸਮੁੰਦਰ ਦੀ ਸੈਰ ਤੁਹਾਨੂੰ ਕਰਾ ਸਕਦੇ ਆ ਜਦ ਇੰਨੀ ਗੱਲ ਹੋਈ ਤਾਂ ਫਿਰ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਪਹਿਲਾਂ ਤਾਂ ਅਸੀਂ ਅੱਖੀਂ ਦੇਖੀਏ ਕਿ ਵਾਕਿਆ ਤੋ ਇਸ ਤਰ੍ਹਾਂ ਕਰ ਸਕਦਾ ਹੈ ਉਹ ਹੱਸ ਪਿਆ ਕਹਿਣ ਲੱਗਾ ਕਿਉਂ ਨਹੀਂ ਲੋ ਟਾਡੇ ਮੈਂ ਸਾਹਮਣੀ ਸਮੁੰਦਰ ਦੀ ਸੈਰ ਕਰਕੇ ਦਿਖਾ ਦਾਂ ਇਸ ਤੋਂ ਬਾਅਦ ਜਦੋਂ ਉਸ ਵਿਅਕਤੀ ਨੇ ਆਪਣੇ ਪੱਥਰ ਦੇ ਮਸੱਲੇ ਨੂੰ ਹੁਕਮ ਦਿੱਤਾ ਵੀ ਚੱਲ ਸਮੁੰਦਰ ਦੀ ਸੈਰ ਵਾਸਤੇ ਚਲੀਏ ਇੰਨੀ ਕਹਿਣ ਦੀ ਡੇਰ ਸੀ ਉਹ ਪੱਥਰ ਦੀ ਜਿਹੜੀ ਬੇੜੀ ਸੀ ਉਹ ਸਮੁੰਦਰ ਵੱਲ ਤੁਰ ਪਈ ਯਾ ਤੁਰ ਪਈ ਤਾਂ ਪਾਈ ਮਰਦਾਨਾ ਜੀ ਬੜੇ ਹੈਰਾਨ ਹੋਏ ਮਨਚੇ ਸੋਚਣ ਹੈ ਬੜਾ ਕਰਾਮਤੀ ਪੀਰ ਲੱਗਦਾ ਹੈਗਾ ਉਸ ਤੋਂ ਬਾਅਦ ਉਹ ਸਮੁੰਦਰ ਦੇ ਵਿੱਚ ਇਹ ਪੱਥਰ ਦੀ ਬੇੜੀ ਜਿਹੜੀ ਸੀ ਠੱਲੇ ਪਈ ਤਾਂ ਉਹ ਜਿਹੜਾ ਵਿਅਕਤੀ ਸੀ ਉਹ ਸਮੁੰਦਰ ਦੇ ਵਿੱਚ ਉਸ ਬੇੜੀ ਦੇ ਉੱਤੇ ਸੈਰ ਕਰਨ ਲੱਗ ਪਿਆ ਕਦੀ ਬੜੀ ਮੁਖਬੇ ਲੈ ਜਵੇ ਕਦੀ ਸੱਜੇ ਕਦੀ ਕਿਸੇ ਦਿਸ਼ਾ ਚ ਕਿਸੇ ਦਿਸ਼ਾ ਚ ਤੇ ਭਾਈ ਮਰਦਾਨਾ ਜੀ ਧੰ ਗੁਰੂ ਨਾਨਕ ਸਾਹਿਬ ਮਾਰੇ ਨੂੰ ਕਹਿਣ ਲੱਗੇ ਕਿ ਐਸਾ ਤਾਂ ਪੀਰ ਮੈਂ ਪਹਿਲੀ ਵਾਰ ਦੇਖਿਆ ਹੈਗਾ ਜਿਹੜੇ ਇਸ ਸਮੁੰਦਰ ਦੇ ਵਿੱਚ ਪੱਥਰ ਦੇ ਮਸੱਲੇ ਉੱਤੇ ਬੈਠ ਕੇ ਇਹ ਸਾਰਾ ਆਵਾਗਮ ਕਰ ਰਿਹਾ ਹੈਗਾ ਲੱਗਦਾ ਹੈਗਾ ਬੜਾ ਕਰਾਮਾਤੀ ਪੀਰ ਹੈਗਾ ਤੇ ਆਪਾਂ ਨੂੰ ਇਸ ਪੀਰ ਦਾ ਪੈਰ ਖਣਾ ਚਾਹੀਦਾ ਹੈਗਾ ਜਦ ਇੰਨੀ ਗੱਲ ਹੋਈ ਗੁਰੂ ਨਾਨਕ ਸਾਹਿਬ ਅਰਜ ਮੁਸਕਰਾਵੇ ਤੇ ਭਾਈ ਮਰਦਾਨਾ ਨੇ ਜੋ ਕਹਿਣ ਲੱਗੇ ਕਹਿੰਦੇ ਮਰਦਾਨਾ ਸਾਨੂੰ ਕਾ ਦਾ ਪੈ ਹੈਗਾ ਸਾਨੂੰ ਤਾਂ ਪੈ ਕੇਵਲ ਤਾਂ ਕੇਵਲ ਨਿਰੰਗ ਕਰਦਾ ਹੈਗਾ ਹੋਰ ਸਾਨੂੰ ਕਾ ਦਾ ਪੈ ਹੈਗਾ ਹਾਂ ਜਿਸ ਪੀਰ ਦੀ ਤੂੰ ਗੱਲ ਕਰਦਾ ਹੈਗਾ ਇਹ ਪੀਰ ਜਿਹੜਾ ਹੈਗਾ ਇਹਦਾ ਭਰ ਪੈ ਵੀ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੈ ਜਦ ਇੰਨੀ ਗੱਲ ਹੋਈ ਤੇ ਮਰਦਾਨਾ ਜੀ ਕਹਿਣ ਲੱਗੇ ਨਹੀਂ ਮਹਾਰਾਜ ਉਹ ਦੇਖੋ ਦੇਖੋ ਕਿੰਨੀ ਸਪੀਡ ਦੇ ਨਾਲ ਪੱਥਰ ਦੀ ਬਿੜੀ ਨੂੰ ਕਦੀ ਖੱਬੇ ਲੈ ਕੇ ਜਾ ਰਿਹਾ ਕਦੀ ਸੱਜੇ ਲੈ ਕੇ ਜਾ ਰਿਹਾ ਮੈਨੂੰ ਲੱਗਦਾ ਹੈ ਕਿ ਇਹ ਤਾਂ ਫਨੀਅਰ ਨਾ ਆ ਗਈ ਆ ਕੋਈ ਐਸਾ ਲਫ਼ਜ਼ ਜਿ ਨਾ ਬੋਲ ਦੇਵੇ ਜੇ ਤੇ ਨਾ ਸਾਨੂੰ ਬਹੁਤ ਜ਼ਿਆਦਾ ਹਾਨੀ ਹੋਵੇ ਜਦ ਇੰਨੀ ਗੱਲ ਹੋਈ ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਭਾਈ ਚਾਹੇ ਆਪਣੇ ਆਪ ਜੇ ਫਨੀਰ ਨਾਗੀ ਬਣਦਾ ਫਿਰੇ ਪਰ ਇਹਦੇ ਜਿਹੜੇ ਜ਼ਹਿਰ ਦੀ ਥੈਲੀ ਉਹ ਤਾਂ ਸਾਡੇ ਹੱਥਾਂ 'ਚ ਹੈ ਜਦ ਇੰਨੀ ਗੱਲ ਹੋਈ ਤਾਂ ਫਿਰ ਭਾਈ ਮਰਦਾਨਾ ਜੀ ਕਹਿਣ ਲੱਗੇ ਜੀ ਉਹ ਕਿਵੇਂ ਗੁਰੂ ਸਾਹਿਬ ਕਹਿਣ ਲੱਗੇ ਦੇਖ ਸਾਡੇ ਕੋਲ ਨਿਮਰਤਾ ਦਾ ਭਾਂਡਾ ਹੈਗਾ ਜਿਹਦੇ ਕੋਲ ਨਿਮਰਤਾ ਦਾ ਭਾਂਡਾ ਹੈਗਾ ਤੇ ਉਸ ਨਰੰਗਕਾਰ ਨੇ ਉਹਦੇ ਹੱਥ ਦੇ ਵਿੱਚ ਸਾਰੇ ਉਜਾਰ ਦਿੱਤੇ ਆ ਜੀ ਜੇ ਸਭੀ ਜੀ ਦਾ ਦਿਲ ਕਰੇ ਉਸੇ ਨਿਮਰਤਾ ਦੇ ਭਾਂਡੇ ਵਿੱਚੋਂ ਯਾਰ ਕੱਢ ਗਏ ਉਸੇ ਚੀਜ਼ ਨੂੰ ਆਪਣੇ ਕਾਬੂ 'ਚ ਕਰ ਸਕਦਾ ਹੈ ਪਰ ਇਹੋ ਜਿਹੀਆਂ ਜਿਹੜੀਆਂ ਗੰਭੀਰ ਗੱਲਾਂ ਸਿਕਾ ਮਰਦਾਨਾ ਸੁਣ ਕੇ ਚੁੱਪ ਰਿਹਾ ਖੈਰ ਥੋੜੇ ਝਰ ਬਾਅਦ ਉਹੀ ਹੀ ਵਿਅਕਤੀ ਜਿਹੜਾ ਵਾਪਸ ਆਪਣੀ ਉਹ ਪੱਥਰ ਦੇ ਮਸੱਲੇ ਨੂੰ ਵਾਪਸ ਲੈ ਕੇ ਆਪਣੇ ਪਹਿਲੇ ਠਿਕਾਣੇ ਤੇ ਆਟ ਕੇ ਪਹੁੰਚ ਗਿਆ ਜਦ ਪਹੁੰਚਾ ਤੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਦੇਖਿਆ ਮੇਰਾ ਪੱਥਰ ਦਾ ਮਸੱਲਾ ਕਿਵੇਂ ਸਮੁੰਦਰ ਦੇ ਵਿੱਚ ਹਵਾ ਵਾਂਗੂ ਘੋੜੇ ਵਾਂਗੂ ਕਦੇ ਇਧਰ ਤੇ ਕਦੇ ਉਧਰ ਜਾ ਰਿਹਾ ਹੈਗਾ ਜਦ ਇੰਨੀ ਗੱਲ ਹੋਈ ਤੇ ਗੁਰੂ ਸਾਹਿਬ ਕਹਿੰਦੇ ਹਾਂ ਭਾਈ ਅਸੀਂ ਦੇਖਿਆ ਤੇਰਾ ਮਸਲਾ ਫਿਰ ਉਹ ਕਹਿਣ ਲੱਗਾ ਜੀ ਤੁਸੀਂ ਹੁਣ ਸੈਰ ਕਰਨੀ ਆ ਤੇ ਗੁਰੂ ਸਾਹਿਬ ਕਹਿੰਦੇ ਨਹੀਂ ਸਾਨੂੰ ਸੈਰ ਦੀ ਕੋਈ ਲੋੜ ਨਹੀਂ ਹੈ ਫਿਰ ਉਹ ਕਹਿੰਣ ਲੱਗਾ ਫਿਰ ਤੁਸੀਂ ਕਿਵੇਂ ਇੱਥੇ ਆਏ ਆ ਗੁਰੂ ਸਾਹਿਬ ਕਹਿਣ ਲੱਗੇ ਦੇਖ ਭਾਈ ਅਸੀਂ ਸੁਣਿਆ ਹੈਗਾ ਕਿ ਤੂੰ ਇਸ ਸਮੁੰਦਰ ਦੇ ਕੰਡੇ ਤੇ ਕਾਫੀ ਚਿਰ ਰਹਿੰਦਾ ਹੈਗਾ ਤੇ ਅਸੀਂ ਇਹ ਵੀ ਸੁਣਿਆ ਕਿ ਸਮੁੰਦਰ ਦੇ ਵਿੱਚ ਨਾ ਇੱਕ ਮਨਾਰ ਹੈਗਾ ਕੀ ਉਹ ਤੇ ਮਨਾਰ ਦੇਖਿਆ ਹੈਗਾ ਜਦ ਇਹ ਨਹੀਂ ਗੱਲ ਹੋਈ ਤੇ ਉਹ ਵਿਅਕਤੀ ਕਹਿਣ ਲੱਗਾ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿ ਨਾ ਮਹਾਰਾਜ ਵੀ ਮੈਂ ਸਮੁੰਦਰ ਵਿੱਚ ਤਾਂ ਗਿਆ ਹੈਗਾ ਪਰ ਮਨਾਰ ਦੇ ਵਿੱਚ ਜਿੱਥੇ ਉਹ ਮਨਾਰ ਖੜਾ ਸਮੁੰਦਰ ਦੇ ਵਿੱਚ ਉੱਥੇ ਕਦੇ ਨਹੀਂ ਪਹੁੰਚਿਆ ਹਾਂ ਮੈਂ ਦੂਰੋਂ ਜ਼ਰੂਰ ਦੇਖਿਆ ਹੈਗਾ ਜਦ ਇਹ ਨਹੀਂ ਗੱਲ ਹੋਈ ਤੇ ਗੁਰੂ ਸਾਹਿਬ ਕਹਿਣ ਲੱਗੇ ਵੀ ਭਾਈ ਅਗਰ ਤੂੰ ਦੁਬਾਰਾ ਜਾ ਸਕਦਾ ਹੈਗਾ ਤੇ ਜਾ ਉਹ ਮਨਾਰ ਨੂੰ ਦੇਖ ਕੇ ਸਾਨੂੰ ਦੱਸ ਉਹ ਮਨਾਰ ਦੇ ਬਾਰੇ ਉਹ ਕਿਹੋ ਜਿਹਾ ਮਨਾਰ ਹੈਗਾ ਉਹਦੇ ਵਿੱਚ ਕੀ ਹੈ ਜਦ ਇੰਨੀ ਗੱਲ ਹੋਈ ਉਹ ਕਹਿਣ ਲੱਗਾ ਜੀ ਇਹ ਕਿਹੜੀ ਗੱਲ ਹੈਗੀ ਮੈਂ ਹੁਣੇ ਜਾਂਦਾ ਹੈਗਾ ਉਸ ਤੋਂ ਬਾਅਦ ਉਹ ਹੀ ਵਿਅਕਤੀ ਨੇ ਫਿਰ ਆਪਣਾ ਇਹ ਪੱਥਰ ਦਾ ਮਸੱਲੇ ਨੂੰ ਹੁਕਮ ਦਿੱਤਾ ਜਿਉਂ ਇਸ਼ਾਰਾ ਕੀਤਾ ਉਹ ਫਿਰ ਸਮੁੰਦਰ 'ਚ ਠੱਲ ਗਿਆ ਤੇ ਫਿਰ ਉਹ ਹੀ ਵਿਅਕਤੀ ਉਸੇ ਮਸੱਲੇ ਦੇ ਉੱਤੇ ਸਵਾਰ ਹੋ ਕੇ ਸਿੱਧਾ ਮਨਾਰ ਦੀ ਤਰਫ ਨੂੰ ਵਧਣ ਲੱਗਾ ਜਦ ਵਧਣ ਲੱਗਾ ਮਰਦਾਨਾ ਦੇਖਦੇ ਬੜਾ ਹੈਰਾਨ ਹੋਈ ਜਾਵੇ ਕਿ ਕੈਸਾ ਵਿਅਕਤੀ ਕਿੱਡਾ ਮਹਾਸ਼ਾਲੀ ਪੀਰ ਹੈਗਾ ਖੈਰ ਉਹ ਜਿਹੜਾ ਵਿਅਕਤੀ ਅਸੇਗਾ ਉਹ ਜਦ ਮਨਾਰ ਦੇ ਉੱਤੇ ਪਹੁੰਚਾ ਉਹਨੇ ਜਦ ਕੀ ਦੇਖਿਆ ਮਨਾਰ ਦੇ ਅੰਦਰ ਜਾ ਕੇ ਕਿ ਉੱਥੇ 21 ਆਸਣ ਲੱਗੇ ਆ ਪਰ ਇਹਨਾਂ ਆਸਣਾਂ ਦੇ ਉੱਤੇ ਕੋਈ ਸਾਧੂ ਕੋਈ ਰੱਬ ਦਾ ਪਿਆਰਾ ਨਹੀਂ ਬੈਠਾ ਹੈਗਾ ਉਸਨੇ ਦੇਖਿਆ ਵੀ ਆਸਣ ਤਾਂ ਲੱਗੇ ਆ ਪਰ ਸਾਰਾ ਮਨਾਰ ਖਾਲੀ ਹੈਗਾ ਲੱਗਦਾ ਹੈਗਾ ਕਿ ਕੋਈ ਇੱਥੇ ਵਿਅਕਤੀ ਆ ਕੇ ਜਰੂਰ ਇਹਨਾਂ ਆਸਣਾਂ ਦੇ ਬੈਠ ਕੇ ਮੇਰੇ ਵਾਂਗੂ ਭਜਨ ਕਰਦੇ ਹੋਣਗੇ ਇਹ ਸੋਚ ਕੇ ਉਹਨੇ ਮਨ 'ਚ ਆਖਿਆ ਕਿ ਜਦ ਤੱਕ ਉਹ ਨਹੀਂ ਆਉਂਦੇ ਤਦ ਤੱਕ ਮੈਂ ਇੱਥੇ ਮਨਾਰ ਦੇ ਤਵਾੜੇ ਸਮੁੰਦਰ ਦੀ ਸੈਰ ਕਰ ਲਵਾਂ ਇਹ ਸੋਚ ਕੇ ਉਹ ਵਿਅਕਤੀ ਜਿਹੜਾ ਸੀ ਉਹ ਮਸੱਲੇ ਨੂੰ ਕਦੀ ਖੱਬੇ ਲੈ ਜੀਵੇ ਕਦੀ ਖੱਬੇ ਸੰਜੇ ਲੈ ਜੀਵੇ ਇਸ ਤਰ੍ਹਾਂ ਜਾਂ ਸਮੁੰਦਰ ਦੀ ਸੈਰ ਦੇ ਵਿੱਚ ਉਹ ਘੁੰਮ ਰਿਹਾ ਸੀ ਅਚਨਚੇਤ ਉਹਨੇ ਕੀ ਦੇਖਿਆ ਕਿ ਇੱਕ ਜਹਾਜ਼ ਜਿਹੜਾ ਕਾਫੀ ਸਵਾਰੀਆਂ ਨਾਲ ਭਰਿਆ ਹੋਇਆ ਸੀਗਾ ਸਮੁੰਦਰ ਦੇ ਵਿੱਚ ਆ ਰਿਹਾ ਸੀਗਾ ਅਚਨਚੇਤ ਉਹ ਜਿਹੜਾ ਜਹਾਜ਼ ਸੀਗਾ ਉਹ ਸਮੁੰਦਰ ਦੀ ਲਹਿਰ ਦੇ ਨਾਲ ਜਾ ਟਕਰਾਇਆ ਤੇ ਉਹੀ ਜਹਾ ਜਿਹੜਾ ਸੀ ਡੁੱਬਣ ਲੱਗ ਪਿਆ ਜਦ ਜਹਾਜ਼ ਡੁੱਬਣ ਲੱਗਾ ਤੇ ਉਹਦੇ ਮਨ ਦੇ ਵਿੱਚ ਸੋਚਿਆ ਕਿ ਦੇਖੋ ਇਸ ਜਹਾਜ਼ ਦੇ ਵਿੱਚ ਸਵਾਰੀਆਂ ਹੈ ਕੋਈ ਕਿੱਥੋਂ ਆਇਆ ਕਿ ਕਿੱਥੋਂ ਆਇਆ ਅਗਰ ਇਹ ਜਹਾਜ਼ ਡੁੱਬ ਗਿਆ ਸਾਰੀਆਂ ਸਵਾਰੀਆਂ ਮਰ ਜਾਣਗੀਆਂ ਤੇ ਫਿਰ ਭਾਈ ਇਹ ਸਵਾਰੀਆਂ ਮਰ ਗਈਆਂ ਤੇ ਇਹਨਾਂ ਦੇ ਘਰ ਦੇ ਪਿੱਛੋਂ ਚੀਕਾਂ ਮਾਰਨਗੇ ਬੜਾ ਭਾਰਾ ਅਨਰਥ ਹੋ ਜਾਊਗਾ ਇਹ ਸੋਚ ਕੇ ਉਹੀ ਵਿਅਕਤੀ ਜਿਹੜਾ ਸੀ ਉੱਪਰ ਨੂੰ ਮੂੰਹ ਕਰਕੇ ਉਸ ਪਰਿਪੂਰਨ ਪਰਮਾਤਮਾ ਨੂੰ ਕਹਿਣ ਲੱਗਾ ਇਹੇ ਰਬਾਤ ਤੂੰ ਕੀ ਕਰਨ ਲੱਗਾ ਹੈਗਾ ਇਹ ਜਹਾਜ਼ ਪੂਰਾ ਸਵਾਰੀਆਂ ਨਾਲ ਭਰਿਆ ਪਿਆ ਹੈ ਕੋਈ ਕਿਤੋਂ ਆਈ ਹੈ ਕਿ ਕਿਤੋਂ ਆਈ ਹੈ ਇਸ ਕਰਕੇ ਤੂੰ ਇਹ ਜਹਾਜ਼ ਡੋਬਨਾ ਤੂੰ ਉਸ ਜਹਾਜ਼ ਨੂੰ ਇਸ ਪਾਣੀ ਦੇ ਉੱਤੇ ਤਰਨ ਲਾ ਦੇ ਚਾਹੇ ਤੂੰ ਇਹਦੇ ਵਿੱਚੋਂ ਮੇਰਾ ਜਿਹੜਾ ਕੀਤਾ ਹੋਇਆ ਤੱਪ ਹੈਗਾ ਉਹ ਲੈ ਰਾ ਇਹਦੇ ਇੰਨੀ ਗੱਲ ਹੋਈ ਸੀ ਜਦੋਂ ਉਹ ਵਿਅਕਤੀ ਨੇ ਜਿਹੜਾ ਸੀ ਉੱਪਰ ਨੂੰ ਮੂੰਹ ਕਰਕੇ ਇਸ ਤਰ੍ਹਾਂ ਦੇ ਰਜੋਈ ਕੀਤੀ ਉਹ ਜਿਹੜਾ ਜਹਾਜ਼ ਹੈਗਾ ਉਹ ਪਾਣੀ 'ਚ ਡੁੱਬਦਾ ਡੁੱਬਦਾ ਫੇਰ ਉੱਪਰ ਨੂੰ ਆ ਗਿਆ ਤਾਂ ਫੇਰ ਪਾਣੀ ਦੀ ਜਿਹੜਾ ਤਾਲਸੀ ਤਾਲੇ ਦੇ ਉੱਪਰ ਫਿਰ ਦੁਬਾਰਾ ਜਿਹੜਾ ਸੀਗਾ ਬਿਲਕੁਲ ਸਰਖਤ ਹੋ ਕੇ ਫਿਰ ਅੱਗੇ ਪੁੱਤਣ ਲੱਗਾ ਜਦ ਇਹ ਨਹੀਂ ਗੱਲ ਹੋਈ ਤੇ ਇਹ ਜਿਹੜਾ ਪੀਰ ਸੀ ਬੜਾ ਖੁਸ਼ ਹੋ ਗਿਆ ਉਸ ਤੋਂ ਬਾਅਦ ਕੀ ਦੇਖਿਆ ਕਿ ਥੋੜੀ ਜੀ ਬਦਲੀ ਉੱਠੀ ਉਹ ਬਦਲੀ ਜਿਹੜੀ ਸੀ ਉਹ ਸਮੁੰਦਰ ਦੇ ਉੱਤੇ ਮੀਂਹ ਜਿਹੜਾ ਸੀਗਾ ਉਹ ਮੀਂਹ ਰੂਪ ਬਣ ਕੇ ਜਦ ਬਰਸਣ ਲੱਗੀ ਤੇ ਉਹ ਪੀਰ ਨੇ ਜਦ ਉੱਪਰੋਂ ਦੇਖਿਆ ਤੇ ਫਿਰ ਉਹਨੇ ਨਿਰੰਕਾਰ ਨੂੰ ਉੱਪਰ ਗਿਆ ਕਿ हे ਨਿਰੰਕਾਰ ਆ ਜਿਹੜਾ ਮੀਂਹ ਤੇ ਸਮੁੰਦਰ 'ਚ ਪੈ ਰਿਹਾ ਹੈ ਇੱਥੇ ਮੀਂਹ ਦੀ ਕੀ ਲੋੜ ਆ ਸਮੁੰਦਰ ਤਾਂ ਅੱਗੇ ਪਾਣੀ ਨਾਲ ਭਰਿਆ ਹੈਗਾ ਤੇ ਤੂੰ ਉੱਥੇ ਬਰਸ ਜਿੱਥੇ ਮੀਂਹ ਦੀ ਜ਼ਰੂਰਤ ਹੈਗੀ ਸਮੁੰਦਰ ਵਿੱਚ ਮੀਂਹ ਪਾ ਕੇ ਤੂੰ ਕੀ ਕਰੂਗਾ ਜਦ ਇਹਨੀ ਗੱਲ ਹੋਈ ਤੇ ਫਿਰ ਉਹ ਜਿਹੜਾ ਮੀਂਹ ਸੀਗਾ ਉਹ ਸਮੁੰਦਰ ਦੇ ਵਿੱਚ ਪਾਣਾ ਬੰਦ ਹੋ ਗਿਆ ਜਦ ਬੰਦ ਹੋ ਗਿਆ ਉਸ ਤੋਂ ਬਾਅਦ ਫਿਰ ਇਸ ਵਿਅਕਤੀ ਨੇ ਸੋਚਿਆ ਵੀ ਹੁਣ ਮੈਂ ਜਾ ਕੇ ਮਨਾਰ ਤੇ ਦੇਖਾਂ ਹੋ ਸਕਦਾ ਹੈਗਾ ਵੀ ਉੱਥੇ ਸਾਧੂ ਸੰਤ ਆਏ ਹੁਣ ਇਹ ਸੋਚ ਕੇ ਉਹਨੇ ਆਪਣੇ ਮਸੱਲੇ ਨੂੰ ਆਰਡਰ ਦਿੱਤਾ ਫਿਰ ਉਹ ਮਨਾਰ ਦੇ ਕੋਲ ਪਹੁੰਚ ਗਿਆ ਤੇ ਉਹਨੇ ਮਨਾਰ ਦੇ ਅੰਦਰ ਜਾ ਕੇ ਕੀ ਦੇਖਿਆ ਕਿ ਬੱਕਿਆ ਹੀ ਇੱਕੀ ਜਿਹੜੇ ਆਸਣ ਲੱਗੇ ਸੀ ਉਹਨਾਂ ਦੇ ਉੱਤੇ ਇੱਕ ਇੱਕ ਸਾਧੂ ਬੈਠਾ ਸੀਗਾ ਉਸ ਤੋਂ ਬਾਅਦ ਉਹਨੇ ਦੇਖਿਆ ਕਿ ਉਹ ਸਾਧੂ ਨੇ ਆਪਣੇ ਨੇਤਰ ਜਦ ਖੋਲੇ ਖੋਲ ਕੇ ਉਹਨਾਂ ਸਾਧੂ ਨੇ ਜਦ ਅੱਗੇ ਦੇਖਿਆ ਤੇ ਕਹਿਣ ਲੱਗੇ ਵੀ ਹੈ ਅੱਗੇ ਤਾਂ ਸਾਡੇ ਨੇਤਰ ਖੋਲਦੇ ਹਾਂ ਸਾਰੇ ਸਾਨੂੰ ਦਰਗਾਹ ਦੇ ਵਿੱਚੋਂ ਪ੍ਰਸ਼ਾਦੇ ਆ ਜਾਂਦੀ ਸੀ ਥਾਲ ਆ ਜਾਂਦੀ ਸੀ ਅੱਜ ਸਾਨੂੰ ਥਾਲ ਕਿਉਂ ਨਹੀਂ ਆਈ ਉਹ ਸਾਰੇ ਜਿਹੜੇ ਸਾਧੂ ਸੰਤ ਸੀ ਇੱਕ ਦੂਜੇ ਦੇ ਚਿਹਰੇ ਆਲ ਦੇਖਣ ਅਖੀਰ ਫੇ ਉਹਨਾਂ ਦਾ ਜਿਹੜਾ ਮੁਖੀਆ ਸੰਤ ਸੀਗਾ ਉਹ ਕਹਿਣ ਲੱਗਾ ਕਿ हे ਪਰਮਾਤਮਾ ਸਾਡੇ ਕੋਲ ਕੀ ਅਨਰਥ ਹੋ ਗਿਆ ਹੈਗਾ ਜਿਸ ਅਨਰਥ ਕਰਕੇ ਅੱਜ ਸਾਨੂੰ ਆਕਾਸ਼ ਦੇ ਵਿੱਚੋਂ ਭੋਜਨ ਨਹੀਂ ਪ੍ਰਾਪਤ ਹੋਇਆ ਜਦ ਇੰਨੀ ਗੱਲ ਹੋਈ ਫਿਰ ਉਹਨੇ ਪੁੱਛਿਆ ਕਿ ਜ਼ਰੂਰ ਕਿਸੇ ਨਾ ਕਿਸੇ ਕੋਲ ਕੋਈ ਗਲਤੀ ਹੋਈ ਆ ਫਿਰ ਉਹਨੇ ਜਿੰਨੇ ਵੀ 21 ਸੱਦਸੀ ਸਾਰਿਆਂ ਨੂੰ ਪੁੱਛਿਆ ਵੀ ਭਾਈ ਕਿਸੇ ਕੋਲ ਕੋਈ ਅਵਗਿਆ ਤਾਂ ਨਹੀਂ ਹੋਈ ਉਹ ਸਾਧੂ ਕਹਿਣ ਲੱਗੇ ਨਹੀਂ ਮਹਾਂਪੁਰ ਕੋ ਸਾਡੇ ਕੋਲ ਤਾਂ ਲੱਗਦਾ ਕੋਈ ਬਗਿਆਨੇ ਹੀ ਹੋਈ ਕਿਉਂਕਿ ਅਸੀਂ ਤਾਂ ਨਾਮ ਦੇ ਵਿੱਚ ਚੁੱਭੀ ਲਾ ਕੇ ਬੈਠੇ ਸੀਗੇ ਪਰ ਹਾਂ ਲੱਗਦਾ ਇੱਕ ਨਵਾਂ ਵਿਅਕਤੀ ਜਿਹੜਾ ਇੱਥੇ ਖੜਾ ਹੈਗਾ ਉਹਨੂੰ ਪੁੱਛ ਲੈਂਦੇ ਆ ਜਦ ਇੰਨੀ ਗੱਲ ਹੋਈ ਤਾਂ ਫੇਰ ਉਹਨਾਂ ਦਾ ਜਿਹੜਾ ਮੁਖੀ ਆ ਸਾਧੂ ਸੀ ਉਹਨੇ ਉਸ ਵਿਅਕਤੀ ਨੂੰ ਪੁੱਛਿਆ ਜਿਹੜਾ ਮਸੱਲਾ ਪੱਥਰ ਦਾ ਚਲਾ ਰਿਆ ਸੀ ਉਹਨੂੰ ਕਹਿਣ ਲੱਗਾ ਵੀ ਭਾਈ ਲੱਗਦਾ ਤੂੰ ਨਵਾਂ ਆਇਆ ਸਾਡੇ ਇਸ ਮਨਾਰੇ ਦੇ ਵਿੱਚ ਥੈਂਕ ਯੂ ਬਗਿਆ ਤਾਂ ਨਹੀਂ ਕੀਤੀ ਜਦ ਇੰਨੀ ਗੱਲ ਹੋਈ ਤੇ ਇਹ ਜਿਹੜਾ ਪੀਤ ਮਸੱਲਾ ਚਲਾਉਣ ਵਾਲਾ ਸੀ ਉਹ ਕਹਿਣ ਲੱਗਾ ਵੀ ਨਹੀਂ ਬਗਿਆ ਤਾਂ ਮੈਂ ਕੋਈ ਨਹੀਂ ਕੀਤੀ ਪਰ ਜੋ ਪੋਨਨ ਵਾਲੇ ਕੰਮ ਜ਼ਰੂਰ ਕੀਤੇ ਆ ਇਹਨੇ ਗੱਲ ਹੋਈ ਉਹ ਸਾਧੂ ਕਹਿਣ ਲੱਗੇ ਅੱਛਾ ਤੂੰ ਕਿਹੜੇ ਪੁੰਨ ਵਾਲੇ ਕੰਮ ਕੀਤੇ ਉਹ ਕਹਿਣ ਲੱਗੇ ਕਿ ਜਦੋਂ ਮੈਂ ਸਮੁੰਦਰ ਦੇ ਵਿੱਚ ਆਪਣੇ ਮਸਲੇ ਤੇ ਸੈਰ ਕਰ ਰਿਹਾ ਸੀ ਕੀ ਦੇਖਿਆ ਸੀਗਾ ਇੱਕ ਜਹਾਜ਼ ਜਿਹੜਾ ਸੀਗਾ ਸਵਾਰੀਆਂ ਨਾਲ ਭਰਿਆ ਹੋਇਆ ਉਹ ਪਾਣੀ 'ਚ ਡੁੱਬ ਰਿਹਾ ਸੀ ਤੇ ਇਸ ਕਰਕੇ ਮੈਂ ਨਿਰੰਗਕਰ ਨੂੰ ਆਖਿਆ ਸੀਗਾ ਕਿ ਭਾਈ ਆ ਜਿਹੜਾ ਜਹਾਜ਼ ਪਾਣੀ 'ਚ ਡੁੱਬ ਰਿਹਾ ਹੈਗਾ ਅਗਰ ਇਹਦੇ ਵਿੱਚ ਜਿੰਨੀਆਂ ਵੀ ਸਵਾਰੀਆਂ ਮਰ ਜਾਣਗੀਆਂ ਤੇ ਫਿਰ ਭਾਈ ਉਹਦੇ ਘਰ ਦੇ ਰੋਣਗੇ ਚਰ ਲਾਉਣਗੇ ਉਹਨਾਂ ਦੇ ਬੱਚਿਆਂ ਦੀ ਪਾਲਣਾ ਪੋਸ਼ਣਾ ਕੂਤੂ ਕੌਣ ਕਰੂਗਾ ਇਸ ਕਰਕੇ ਮਰਦ ਨੂੰ ਕਿਹਾ ਕਿ ਇਹ ਜਹਾਜ਼ ਨੂੰ ਪਾਣੀ ਵਿੱਚ ਡੋਬਣਾ ਇਹਨੂੰ ਉਤਾਰ ਦੇ ਜਦ ਇੰਨੀ ਗੱਲ ਹੋਈ ਤਾਂ ਫਿਰ ਉਹਨਾਂ ਦੇ ਜਿਹੜਾ ਮਹਾਤਮਾ ਮੇਨ ਸੀਗਾ ਉਹ ਫੇਸ ਵਿਅਕਤੀ ਨੂੰ ਕਹਿਣ ਲੱਗਾ ਕਿ ਤੂੰ ਪਰਮਾਤਮਾ ਨੂੰ ਆਹ ਗੱਲ ਕਹਿ ਕੇ ਜਹਾਜ਼ ਪਾਣੀ ਚ ਨਾ ਡੋਬ ਇਹ ਬਹੁਤ ਭਾਰੀ ਬਗਿਆ ਕੀਤੀ ਆ ਤੇ ਉਹ ਪੀਰ ਕਹਿਣ ਲੱਗਾ ਕਿ ਇਹ ਕਿ ਮੈਂ ਮੈਂ ਤਾਂ ਪੁੰਦਾ ਕੰਮ ਕੀਤਾ ਹੈ ਇਹਨਾਂ ਵਿਅਕਤੀਆਂ ਨੂੰ ਬਚਾ ਕੇ ਪਰ ਮਹਾਤਮਾ ਕਹਿਣ ਲੱਗੇ ਨਹੀਂ ਪਾਈ ਇਹ ਸਾਰਾ ਜਿਹੜਾ ਹੈ ਕਰਮਾਂ ਦਾ ਖੇਡ ਹੈ ਕਿਸੇ ਟਾਈਮ ਇਹ ਜਿਹੜੇ ਵਿਅਕਤੀ ਸਵਾਰ ਸੀ ਇਹਨਾਂ ਨੇ ਕੀ ਕੀਤਾ ਸਿਕਾ ਕਿ ਜਲ ਦੇ ਵਿੱਚ ਜਿਹੜੇ ਇਹ ਜੀਵ ਬਣ ਕੇ ਤੁਰੇ ਫਿਰਦੇ ਸੀ ਉਹ ਜਿਹੜੇ ਜੀਵ ਅੱਜ ਜਲ ਦੇ ਵਿੱਚ ਆ ਉਹ ਕਿਸੇ ਟਾਈਮ ਇਸੇ ਤਰ੍ਹਾਂ ਹੀ ਸਮੁੰਦਰ ਦੇ ਉੱਤੇ ਮਨੁੱਖਾ ਦੇਹੀ ਦੀ ਸੈਰ ਕਰ ਰਹੇ ਸੀ ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਜਹਾਜ਼ ਸੀ ਡੁੱਬਿਆ ਸਿਕਾ ਤੇ ਇਹ ਜਿਹੜੇ ਜਲ ਦੇ ਜੀਵ ਸੀ ਇਹਨਾਂ ਨੇ ਉਹਨਾਂ ਨੂੰ ਖਾਦਾ ਉਹਨਾਂ ਦੇ ਮਾਸ ਨੂੰ ਖਾਦਾ ਤੇ ਅੱਜ ਉਹ ਵੀ ਸਮਾਂ ਆ ਗਿਆ ਜਦੋਂ ਜਿਹੜਾ ਇਹ ਹਸਾਬ ਕਿਤਾਬ ਚਕਾਉਣ ਦਾ ਸਮਾਂ ਸੀਗਾ ਤੇ ਜੇ ਇਹ ਪ੍ਰਾਣੀ ਜਿਹੜੇ ਡੁੱਬ ਰਹੇ ਸੀਗੇ ਇਹ ਇਸ ਪਾਣੀ ਦੇ ਵਿੱਚ ਮਰ ਜਾਂਦੇ ਤੇ ਇਹਨਾਂ ਦੇ ਸਰੀਰ ਨੂੰ ਜਿਹੜੇ ਮੱਛੀਆਂ ਨੇ ਖਾਣਾ ਸੀਗਾ ਤੇ ਆਪਣਾ ਪਿਛਲਾ ਜਨਮ ਦਾ ਹਸਾਬ ਕਿਤਾਬ ਪੂਰਾ ਕਰਨਾ ਸੀਗਾ ਜਦ ਇਹ ਨਿੰਗਾ ਲੋਹਿਤ ਪੀਰ ਬੜਾ ਹੈਰਾਨ ਹੋਇਆ ਚੁੱਪ ਕਰ ਰਿਹਾ ਤੇ ਦੂਸਰਾ ਫੇ ਸੰਤ ਅਮਾ ਪੁਰਖਾਂ ਦੇ ਜਿਹੜੇ ਮੇਨ ਸੰਦੇ ਸੀ ਉਹਨਾਂ ਨੂੰ ਪੁੱਛਿਆ ਕਿ ਦੂਸਰਾ ਕੰਮ ਜਿਹੜਾ ਤੂੰ ਕਹਿੰਦਾ ਪੁਨਨ ਦਾ ਕੀਤਾ ਉਹ ਕੀ ਕੀਤਾ ਉਹ ਕਹਿਣ ਲੱਗਾ ਜੀ ਜਦ ਜਦੋਂ ਮੈਂ ਸਮੁੰਦਰ ਦੀ ਸੈਰ ਕਰ ਰਿਹਾ ਸੀਗਾ ਤੇ ਉੱਪਰ ਇੱਕ ਬਦਲ ਜਾਈ ਤੇ ਮੀਂਹ ਪੈਣ ਲੱਗ ਪਿਆ ਤੇ ਮੈਂ ਕਹਿ ਤਾ ਕਿ ਸਮੁੰਦਰ 'ਚ ਇੰਨਾ ਪਾਣੀ ਆ ਮੀਂਹ ਪਾਉਣ ਦੀ ਕੀ ਲੋੜ ਹੈਗਾ ਤੋਂ ਉੱਥੇ ਬਾਹਰ ਜਿੱਥੇ ਪਾਣੀ ਦੀ ਲੋੜ ਹੈਗੀ ਜਦ ਇੰਨੀ ਗੱਲ ਹੋਈ ਤੇ ਇਹਨਾਂ ਸੰਤਾਂ ਮਹਾਪੁਰਖਾਂ ਦੇ ਜਿਹੜੇ ਮੇਨ ਸੰਤ ਜਿਉ ਕਹਿਣ ਲੱਗੇ ਕਹਿੰਦੇ ਭੋੜਿਆ ਤੂੰ ਨਹੀਂ ਜਾਣਦਾ ਹੈਗਾ ਇਹ ਸਮੁੰਦਰ ਦੇ ਵਿੱਚ ਕਈ ਐਸੀ ਵੀ ਜੀਵ ਆ ਜਿਹੜੇ ਸਮੁੰਦਰ ਦਾ ਪਾਣੀ ਨਹੀਂ ਪੀਂਦੇ ਉਹ ਸਕੇਵਰ ਤੇ ਕੇਵਲ ਮੀਂਹ ਦਾ ਪਾਣੀ ਪੀਂਦੇ ਹੈ ਸ਼ੁੱਧ ਪਾਣੀ ਪੀਂਦੇ ਇਸ ਕਰਕੇ ਜਿਹੜਾ ਨਰੰਕਾਰ ਹੈ ਉਹਨਾਂ ਜੀਵਾਂ ਦੇ ਪਾਣੀ ਦੇ ਇੰਤਜ਼ਾਮ ਵਾਸਤੇ ਮੀਂਹ ਪਾਰਿਆ ਸੀਗਾ ਪਰ ਤੂੰ ਇਹ ਬੜੀ ਭਾਰੀ ਜਿਹੜੀ ਆ ਉਹ ਬੱਗਿਆ ਗਈਤੀ ਆ ਕਿ ਜਲ ਤੋਂ ਬਗੈਰ ਜਿਹੜੇ ਜੀਵ ਹੈਗੇ ਆ ਉਹ ਪਿਆਸੇ ਰਹਿ ਗਏ ਇਸ ਕਰਕੇ ਸਾਨੂੰ ਦਰਗਾਹ ਤੋ ਅੱਜ ਥਾਲ ਨਹੀਂ ਪਹੁੰਚੇ ਜਦ ਇਹਨੇ ਗੱਲ ਹੋਈ ਤੋ ਪੀਰ ਨੇ ਕੀ ਕੀਤਾ ਆਪਣੀ ਭੁੱਲ ਜਿਹੜੀ ਸੀ ਮੰਗੀ ਮਾਂਗੇ ਕਰਨ ਲਗਾ ਠੀਕ ਆ ਲੱਗਦਾ ਮੈਨੂੰ ਗਲਤੀ ਹੋ ਗਈ ਉਸ ਤੋਂ ਬਾਅਦ ਉਹ ਜਿਹੜੇ 21 ਸੀਗੇ ਸਾਧੂ ਸੰਤ ਉਹ ਕਹਿਣ ਲੱਗੇ ਚੰਗਾ ਤੂੰ ਹੁਣ ਇੱਥੋਂ ਜਾ ਜਦ ਇੰਨੀ ਗੱਲ ਹੋਈ ਪੀਰ ਜਿਹੜਾ ਸੀ ਕਹਿੰਨੇ ਫੇ ਮਸਲੇ ਨੂੰ ਹੁਕਮ ਦਿੱਤਾ ਜਦ ਮਸਲੇ ਨੂੰ ਹੁਕਮ ਦਿੱਤਾ ਤੇ ਮਸੱਲਾ ਜਿਹੜਾ ਸੀਗਾ ਉਥੋਂ ਪਾਣੀ ਦੇ ਵਿੱਚ ਜਿਹੜਾ ਸੀਗਾ ਉਹ ਤਰੇ ਨਾ ਉਹ ਅੱਗੇ ਨਾ ਜਾਵੇ ਇਹ ਪੀਰ ਜਿਹੜਾ ਸੀ ਬਾਰ ਬਾਰ ਕਹੇ ਇਹ ਭਾਈ ਮੇਰਾ ਮਸੱਲੇ ਨੂੰ ਹੁਕਮ ਦੇਵੇ ਤੂੰ ਚੱਲ ਪਾਣੀ ਤੇ ਤਾਰ ਪਾਣੀ ਤੇ ਚੱਲ ਪਾਣੀ ਤੇ ਚੱਲ ਪਰ ਉਹ ਮਸੱਲਾ ਜਿਹੜਾ ਸੋਥੇ ਦਾ ਉਥੇ ਜਾਮ ਹੋ ਗਿਆ ਉਹ ਜਾਮ ਵੀ ਐਸਾ ਹੋਇਆ ਕਿ ਉਹ ਜਿਹੜਾ ਪੱਥਰ ਦਾ ਮਸੱਲਾ ਸੀਗਾ ਉਹ ਸਮੁੰਦਰ ਦੇ ਵਿੱਚ ਡੁੱਬਣ ਲੱਗ ਪਿਆ ਜਦ ਡੁੱਬਣ ਲੱਗ ਪਿਆ ਤੇ ਇਹ ਪੀਰ ਜਿਹੜਾ ਸੀ ਕਬਰ ਆ ਗਿਆ ਜਦ ਕਬਰ ਕਬਰ ਆਇਆ ਤੇ ਇਹਨੇ ਉੱਚੀ ਉੱਚੀ ਚੀਕਾਂ ਮਾਰਨੀ ਸ਼ੁਰੂ ਕੀਤੀਆਂ ਜਦ ਚੀਕਾ ਮਨਿਆ ਸ਼ੁਰੂ ਕੀਤੀਆਂ ਤੇ ਇਹਦੀ ਚੀਕਾਂ ਦੀ ਆਵਾਜ਼ ਸੁਣ ਕੇ ਉਹ ਜਿਹੜੇ 21 ਸਾਧੂ ਸੰਤ ਸੀ ਉਹ ਮਨਾਰੇ ਚੋਂ ਬਾਹਰ ਆ ਉਹਨਾਂ ਨੇ ਕੀ ਦੇਖਿਆ ਕਿ ਪੀਰ ਦਾ ਮਸੱਲਾ ਪਾਣੀ 'ਚ ਡੁੱਬ ਰਿਹਾ ਹੈਗਾ ਤੇ ਇਹਨਾਂ ਸੰਤਾਂ ਨੇ ਫਿਰ ਉਸ ਨੂੰ ਪੁੱਛਿਆ ਵੀ ਕੀ ਗੱਲ ਹੈ ਤੇਰਾ ਮਸੱਲਾ ਪਾਣੀ 'ਚ ਕਾਹਤੇ ਡੁੱਬ ਰਿਹਾ ਹੈ ਤਾਂ ਫਿਰ ਉਹ ਪੀਰ ਕਹਿਣ ਲੱਗਾ ਕਿ ਅੱਜ ਤੱਕ ਮੇਰੇ ਨਾਲ ਜ਼ਿੰਦਗੀ 'ਚ ਇਸ ਤਰ੍ਹਾਂ ਦੀ ਘਟਨਾ ਕੋਈ ਨਹੀਂ ਵਾਪਰੀ ਕਿ ਮੇਰਾ ਮਸੱਲਾ ਪਾਣੀ ਵਿੱਚ ਡੁੱਬ ਜਾਵੇ ਪਰ ਅੱਜ ਮੇਰਾ ਮਸੱਲਾ ਪਾਣੀ 'ਚ ਡੁੱਬ ਰਿਹਾ ਹੈ ਮੈਂ ਖੁਦ ਹੈਰਾਨ ਹਾਂ ਅਗਰ ਇਹ ਡੁੱਬ ਗਿਆ ਤੇ ਮੈਂ ਵੀ ਮਰ ਜਾਊਂਗਾ ਇਸ ਕਰਕੇ ਤੁਸੀਂ ਮੈਨੂੰ ਬਚਾਓ ਜਦ ਇੰਨੀ ਗੱਲ ਹੋਈ ਤੇ ਉਹ 21 ਦੇਕੀ ਜਿਹੜੇ ਸੰਤ ਮਹਾਂਪੁਰਖ ਸੀ ਉਸ ਪੀਰ ਨੂੰ ਕਹਿਣ ਲੱਗੇ ਕਹਿਣ ਲੱਗੇ ਪੀਰਾ ਇਹ ਮਸੱਲਾ ਤੇਰਾ ਪਾਣੀ ਵਿੱਚ ਇਸ ਕਰਕੇ ਡੁੱਬ ਰਿਹਾ ਕਿਉਂਕਿ ਤੇਰੇ ਸਾਰੇ ਪੁੰਨ ਜਿਹੜੇ ਖਤਮ ਹੋ ਗਏ ਆ ਅਗਰ ਤੂੰ ਆਪਣੇ ਪੁੰਨ ਦੁਬਾਰਾ ਵਧਾਉਣੇ ਆ ਤੇ ਤੈਨੂੰ ਇੱਕ ਕੰਮ ਕਰਨਾ ਪਊਗਾ ਤਾਂ ਤੇਰਾ ਮਸੱਲਾ ਪਾਣੀ 'ਚ ਤਰੂਗਾ ਜਦ ਇੰਨੀ ਗੱਲ ਹੋਈ ਤੇ ਪੀਰ ਫਿਰ ਡੁੱਬਦਾ ਡੁੱਬਦਾ ਉਹਨਾਂ ਮਹਤਮਾ ਨੂੰ ਕਹਿਣ ਲੱਗਾ ਇੱਕ ਛੇਤੀ ਦੱਸੋ ਕਿ ਮੈਂ ਕਿਹੋ ਜਿਹਾ ਕੰਮ ਕਰਨਾ ਜਿਹੜਾ ਜਿਹਦੇ ਨਾਲ ਮੇਰਾ ਪੁੰਨ ਜਿਹੜਾ ਵੱਧ ਜਵੇ ਜਦ ਇੰਨੀ ਗੱਲ ਹੋਈ ਤਾਂ ਸਾਰੇ 21 ਦੇ 21 ਸੰਤ ਇੱਕ ਰੋਹ ਕੇ ਬੋਲੇ ਕਿ ਤੂੰ ਆਪਣੇ ਮੂੰਹੋਂ ਇੱਕੋ ਹੀ ਗੱਲ ਜਿਹੜੀ ਜੋ ਬਾਰ-ਬਾਰ ਆਖ ਕਿ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜੋ ਹੀ ਉਹ ਪੀਰ ਨੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੀ ਆਵਾਜ਼ ਇਹਨਾਂ ਸਾਧੂਆਂ ਸੰਤਾਂ ਦੀ ਰਸਨਾ ਤਾਂ ਸੁਣੀ ਬਸ ਫੇਰ ਕੀ ਸੀ ਆਵਾਜ਼ ਸੁਣਦੇ ਨਾਲ ਹੀ ਉਹ ਜਿਹੜਾ ਮਸੱਲਾ ਪੱਥਰ ਦਾ ਸਗਾ ਉਹ ਡੁੱਬਦਾ ਡੁੱਬਦਾ ਸਮੁੰਦਰ ਤੋਂ ਉੱਪਰ ਹੋ ਗਿਆ ਜਦ ਉੱਪਰ ਹੋ ਗਿਆ ਤਾਂ ਪੀਰ ਵੀ ਹੈਰਾਨ ਹੋ ਗਿਆ ਬਸ ਫੇਰ ਕੀ ਸੀ ਪੀਰ ਨੇ ਵੀ ਰਸਨਾ ਤੋਂ ਬੈਠ ਕੇ ਇਹ ਜਿਹੜਾ ਸੀ ਵਾਰ-ਵਾਰ ਕਹਿਣਾ ਸ਼ੁਰੂ ਕਰਤਾ ਧੰਗੁਰ ਨਾਨਕ ਧੰਗੁਰ ਨਾਨਕ ਧੰਗੁਰ ਨਾਨਕ ਜਦ ਇਸ ਤਰ੍ਹਾਂ ਜਿਹੜਾ ਸੀ ਪੀਰ ਉੱਚੀ-ਉੱਚੀ ਕਹਿਣ ਲੱਗਾ ਉਹ ਮਸੱਲੇ ਦੀ ਰਫ਼ਤਾਰ ਜਿਹੜੀ ਸੀ ਉਹ ਵਧਣ ਲੱਗ ਪਈ ਤੇ ਮਸੱਲਾ ਜਿਹੜਾ ਸੀਗਾ ਉਹ ਘੋੜੇ ਵਾਂਗੂ ਫਿਰ ਜਿਹੜਾ ਸੀਗਾ ਉਸ ਪਾਣੀ ਦੇ ਉੱਤੇ ਦੌਣ ਲੱਗਾ ਤੇ ਇਸ ਤਰ੍ਹਾਂ ਜਿਹੜਾ ਪੀਰ ਸੀਗਾ ਇਹ ਫਿਰ ਉਸ ਸਮੁੰਦਰ ਦੇ ਕੰਢੇ ਤੇ ਪਹੁੰਚਿਆ ਜਿੱਥੇ ਧੰਗੁਰ ਨਾਨਕ ਸਾਹਿਬ ਮਹਾਰਾਜ ਬਾਲਾ ਤੇ ਮਰਦਾਨਾ ਜੀ ਬੈਠੇ ਹੋਏ ਸੀ ਜਦੋਂ ਪੀਰ ਉੱਥੇ ਆਇਆ ਤੇ ਆ ਕੇ ਜਦ ਬੈਠਾ ਤੇ ਧੰਗੁਰ ਨਾਨਕ ਸਾਹਿਬ ਮਹਾਰਾਜ ਨੇ ਪੀਰ ਨੂੰ ਆਖਿਆ ਕਹਿਣ ਲੱਗੇ ਪੀਰ ਜੀ ਤੁਸੀਂ ਬੜੀ ਡੇਰ ਕਰ ਦਿੱਤੀ ਉਸ ਮਨਾਰੇ ਤੱਕ ਜਾਣ ਦੀ ਜਦ ਇਹ ਨਹੀਂ ਗੱਲ ਹੋਈ ਉਹ ਪੀਰ ਨੇ ਸਾਰੀ ਜਿਹੜੀ ਗੱਲ ਸੀ ਧੰਗ ਗੁਰਨਾਨਕ ਸਾਹਿਬ ਮਹਾਰਾਜ ਨੂੰ ਦੱਸੀ ਕਿ ਮੇਰੇ ਨਾਲ ਜਿਸ ਤਰ੍ਹਾਂ ਹੋਇਆ ਤਾਂ ਫਿਰ ਉਹ ਪੀਰ ਧੰਗ ਗੁਰਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗਾ ਵੀ ਇਹ ਜਿਹੜੇ 21 ਸਤਿ ਸੰਤ ਸੀ ਜਿਨ੍ਹਾਂ ਨੇ ਮੈਨੂੰ ਧੰਗ ਗੁਰਨਾਨਕ ਧੰਗ ਗੁਰਨਾਨਕ ਦਾ ਮੰਤਰ ਦਿੱਤਾ ਜਿਹਦੇ ਨਾਲ ਮੇਰਾ ਪੱਥਰ ਦਾ ਮਸੱਲਾ ਪਾਣੀ ਵਿੱਚ ਫਿਰ ਦੁਬਾਰਾ ਜਿਹੜਾ ਸੀਗਾ ਉਹ ਤਰਨ ਲੱਗ ਪਿਆ ਡੋਣ ਲੱਗ ਪਿਆ ਮੈਨੂੰ ਇਹ ਦੱਸੋ ਵੀ ਧੰਗ ਗੁਰਨਾਨਕ ਕੌਣ ਹੈ ਜਦ ਇੰਨੀ ਗੱਲ ਹੋਈ ਤੇ ਫਿਰ ਧੰਗ ਗੁਰਨਾਨਕ ਸਾਹਿਬ ਮਹਾਰਾਜ ਥੋੜਾ ਜਿਹਾ ਮੁਸਕਰਾਏ ਤੇ ਪੀਰ ਨੂੰ ਕਹਿਣ ਲੱਗੇ ਵੀ ਅ ਅਸੀਂ ਤਾਂ ਆਪ ਬਰਦੇਸੀ ਹਾਂ ਪਰ ਇੰਨਾ ਜ਼ਰੂਰ ਸੁਣਿਆ ਹੈਗਾ ਕਿ ਬਾਬਾ ਸ਼ੇਖ ਫਰੀਦ ਦੀ ਗੱਦੀ ਦੇ ਉੱਤੇ ਜਿਹੜੇ ਸ਼ੇਖ ਬ੍ਰਹਮ ਬੈਠੇ ਆ ਉਹਨਾਂ ਨੂੰ ਉਹਨਾਂ ਬਾਰੇ ਜ਼ਿਆਦਾ ਗਿਆਨ ਹੈਗਾ ਉਹ ਦੱਸ ਸਕਦੇ ਆ ਜਦ ਸ਼ੇਖ ਬ੍ਰਹਮ ਦਾ ਜਿਹੜਾ ਨਾਂ ਸੀ ਉਸ ਪੀਰ ਮਸੱਲੇ ਵਾਲੇ ਨੇ ਸੁਣਿਆ ਉਹ ਕਹਿਣ ਲੱਗੇ ਗੱਲ ਕਮਾਲ ਹੋ ਗਈ ਉਹ ਸ਼ੇਖ ਬ੍ਰਹਮ ਤਾਂ ਮੇਰਾ ਮਿੱਤਰ ਹੈਗਾ ਤੇ ਮੈਂ ਤਾਂ ਜ਼ਰੂਰ ਉਹਦੇ ਨਾਲ ਗੱਲ ਕਰੂੰਗਾ ਤੇ ਗੁਰੂ ਸਾਹਿਬ ਕਹਿਣ ਲੱਗੇ ਚੱਲ ਠੀਕ ਆ ਭਾਈ ਤੇਰਾ ਮਿੱਤਰ ਤੇ ਚੰਗੀ ਗੱਲ ਆ ਨੜਿਤ ਨੂੰ ਸਾਰੀ ਗੱਲਬਾਤ ਦਾ ਪਤਾ ਲੱਗ ਗਿਆ ਤਾਂ ਫੇਰ ਪੀਰ ਕਹਿਣ ਲੱਗਾ ਕਿ ਮੈਂ ਬਾਬੇ ਫਰੀਦ ਦੀ ਗੱਦੀ ਤੇ ਬੈਠੇ ਸ਼ੇਖ ਬ੍ਰਹਮ ਦੇ ਕੋਲ ਲੈ ਹੁਣੇ ਚਲੇ ਜਾਂਦਾ ਹੈਗਾ ਤੇ ਫੇਰ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਤੁਸੀਂ ਇਸ ਮਸੱਲੇ ਤੇ ਬੈਠ ਕੇ ਜਾਓਗੇ ਔਰ ਪੀਰ ਕਹਿਣ ਲਗਾ ਨਹੀਂ ਇਹ ਮਸਲਾ ਤਾਂ ਜੇ ਮੈਂ ਸਮੁੰਦਰ ਦੇ ਉੱਤੇ ਤਰਾ ਸਕਦਾ ਹੈਗਾ ਤੇ ਮੈਂ ਉੱਡ ਕੇ ਵੀ ਸ਼ੇਖ ਬ੍ਰਹਮ ਕੋਲ ਪਹੁੰਚ ਸਕਦਾ ਹੈ ਬਸ ਇਹ ਕਹਿ ਕੇ ਉਹ ਜਿਹੜਾ ਪੀਰ ਸੀਗਾ ਉਹਨੇ ਆਪਣੀ ਜਿਹੜੀ ਸੀ ਤੱਪੋ ਬਲ ਦੀ ਸਿੱਧੀ ਨਾਲ ਹਵਾ ਦੇ ਵਿੱਚ ੜਾਰੀ ਮਾਰੀ ਤੇ ਬੱਸ ਆ ਦੇਖਦਿਆਂ ਦੇਖਦਿਆਂ ਉਹ ਅੱਖਾਂ ਤੋਂ ਓਲੇ ਹੋ ਗਿਆ ਤੇ ਸ਼ੇਖ ਬ੍ਰਹਮ ਦੇ ਕੋਲ ਜਿਹੜਾ ਸੀ ਉਹ ਪਹੁੰਚ ਗਿਆ ਜਦ ਸ਼ੇਖ ਬ੍ਰਹਮ ਦੇ ਕੋਲ ਪਹੁੰਚਾ ਤੇ ਸ਼ੇਖ ਬ੍ਰਾਹਮਣ ਨੇ ਜਦੋਂ ਇਸ ਪੀਰ ਨੂੰ ਆਪਣੇ ਮਿੱਤਰ ਨੂੰ ਯਾਦ ਆਪਣੇ ਉਸ ਆਸ਼ਰਮ ਦੇ ਵਿੱਚ ਦੇਖਿਆ ਤੇ ਉਹ ਦੇਖ ਕੇ ਹੈਰਾਨ ਵੀ ਹੋਇਆ ਤੇ ਪਰੇਸ਼ਾਨ ਵੀ ਹੋਈ। ਸ਼ੇਖ ਬ੍ਰਾਹਮਣ ਨੇ ਇਸ ਪੀਰ ਨੂੰ ਬੜੀ ਗੱਲ ਬਕੜੀ ਚਲਿਆ ਤੇ ਕਹਿਣ ਲੱਗੇ ਬਹੁਤ ਛੇਦੀ ਦਤਾਰੇ ਦਿੱਤੇ ਆ। ਕੀ ਗੱਲ ਹੋਈ? ਜਦ ਇੰਨੀ ਗੱਲ ਹੋਈ ਤੇ ਇਹ ਮਸੱਲੇ ਵਾਲਾ ਪੀਰ ਸ਼ੇਖ ਬ੍ਰਾਹਮ ਨੂੰ ਕਹਿਣ ਲੱਗਾ ਕਿ ਮੇਰੇ ਅੰਦਰ ਇੱਕ ਸਵਾਲ ਹੈ। ਮੈਂ ਉਹ ਸਵਾਲ ਦਾ ਜਵਾਬ ਲੈਣਾ ਹੈ। ਤੇ ਫਿਰ ਉਹ ਬ੍ਰਾਹਮ ਕਹਿਣ ਲੱਗੇ ਸ਼ੇਖ ਬ੍ਰਾਹਮ ਜੀ ਕਿ ਹਾਂ ਦੱਸੋ ਟੱਡਾ ਕਿਹੜਾ ਸਵਾਲ ਆ? ਕਿਹੜੇ ਸਵਾਲ ਦਾ ਜਵਾਬ ਤੁਹਾਨੂੰ ਚਾਹੀਦਾ? ਤੇ ਉਹ ਪੀਰ ਨੇ ਆਪਣੀ ਜਿਹੜੀ ਇਹ ਘਟਨਾ ਸੀਗੀ ਇਸ ਮਸੱਲੇ ਵਾਲੇ ਉਸ ਮਨਾਰੇ ਦੇ ਦਵਾਲੇ ਬਾਪਰੀ ਉਹ ਵੀ ਸ਼ੇਖ ਬ੍ਰਹਮ ਦੇ ਨਾਲ ਸਾਰੀ ਸਾਂਝੀ ਕੀਤੀ ਫੇਰ ਆਖਿਆ ਕਿ ਉਹਨਾਂ ਨੇ ਮੈਨੂੰ ਇੱਕ ਮੰਤਰ ਦਿੱਤਾ ਸੀ ਕਿ ਧੰਗੁਰ ਨਾਨਕ ਧੰਗੁਰ ਨਾਨਕ ਇਹ ਧੰਗੁਰ ਨਾਨਕ ਸਾਹਿਬ ਕੌਣ ਹੈ ਗਿਆ ਜਦ ਇੰਨੀ ਗੱਲ ਹੋਈ ਤਾਂ ਸ਼ੇਖ ਬ੍ਰਹਮ ਜੀ ਚੁੱਪ ਕਰ ਗਏ ਅੱਖਾਂ ਦੇ ਵਿੱਚ ਉਹਨਾਂ ਦੇ ਜਿਹੜਾ ਸੀਗਾ ਪਿਆਰ ਜਗ ਪਿਆ ਧੰਗੁਰ ਨਾਨਕ ਸਾਹਿਬ ਦਾ ਨਾਮ ਸੁਣ ਕੇ ਫਿਰ ਉਹ ਇਸ ਮੁਸੱਲੇ ਵਾਲੀ ਪੀ ਨੂੰ ਸ਼ੇਖ ਬ੍ਰਹਮ ਜੀ ਕਹਿਣ ਲੱਗੇ ਕਹਿਣ ਲੱਗੇ ਵੇ ਤੂੰ ਮੇਰੇ ਪਾਸ ਜਵਾਬ ਲੈਣ ਆਇਆ ਹੈ ਧੰਗ ਗੁਰਨਾਣਕਾ ਉਹ ਮੈਨੂੰ ਇਹ ਦੱਸ ਵੀ ਤੈਨੂੰ ਭੇਜਿਆ ਕਿੰਨੇ ਆ ਜਦ ਇਹਨੀ ਗੱਲ ਹੋਈ ਤਾਂ ਫਿਰ ਉਹ ਮਸੱਲੇ ਵਾਲੇ ਪੀਰ ਨੇ ਆਖਿਆ ਕਿ ਮੇਰੇ ਪਾਸ ਤੈਨ ਪਰਦੇਸੀ ਆ ਕੇ ਬੈਠੇ ਆ ਲੱਗਦੇ ਤਾਂ ਉਹ ਵੀ ਕੋਈ ਇਸ ਤਰ੍ਹਾਂ ਦੇ ਕਰਾਮਾਤੀ ਸਾਧੂ ਹੈ ਗਿਆ ਪਰ ਉਹਨਾਂ ਨੇ ਕੋਈ ਸਾਨੂੰ ਕਰਾਮਾਤ ਨਹੀਂ ਦਿਖਾ ਲਈ ਕਿਸੇ ਤਰ੍ਹਾਂ ਦੀ ਮੇਰੇ ਜ਼ੋਰ ਲਾਉਣ ਉੱਤੇ ਵੀ ਉਹ ਜਿਹੜੇ ਸੀ ਚੁੱਪ ਰਹੇ ਉਹ ਕਹਿਣ ਲੱਗੇ ਕਿ ਸਾਡੇ ਜੇ ਗਰੀਬੜਿਆਂ ਕੋਲ ਇਹੋ ਜਿਹੀਆਂ ਸ਼ਕਤੀਆਂ ਕਰਾਮਾਤਾ ਕਿੱਥੇ ਹੈਗੀਆਂ ਹੈ ਯਾ ਇਸ ਤਰ੍ਹਾਂ ਦੀਆਂ ਜਿਹੜੀਆਂ ਬਾਤਾਂ ਸੀਗੀਆਂ ਉਹ ਉਸ ਮਸੱਲੇ ਵਾਲੇ ਪੀਰ ਨੇ ਸ਼ੇਖ ਬਰਮ ਜੀ ਨਾ ਕੀਤੀਆਂ ਤੇ ਫਿਰ ਸ਼ੇਖ ਬਰਮ ਜੀ ਜਿਹੜੇ ਸੀ ਉਹ ਜਾਣ ਗਏ ਉਹ ਕਹਿਣ ਲੱਗੇ ਉਸ ਮਸੱਲੇ ਵਾਲੇ ਪੀਰ ਨੂੰ ਕਹਿੰਦੇ ਭੋਲਿਆ ਜਿਸ ਨੇ ਗਰੀਬੀ ਨਿਮਰਤਾ ਦੀਆਂ ਤੇ ਨਾ ਗੱਲਾਂ ਕੀਤੀਆਂ ਕਿ ਅਸੀਂ ਕਿੱਥੇ ਇਹੋ ਜੀਆਂ ਰੇਦੀਆਂ ਸਿੱਧੀਆਂ ਦੇ ਮਾਲਕ ਹੈਗੇ ਆ ਇਹ ਤਾਂ ਢਾਡੇ ਵਾਰੇ ਕੇ ਲੋਕੀ ਆ ਜਿਹੜੇ ਪੱਥਰ ਦੇ ਮਸੱਲੇ ਸਮੁੰਦਰ ਦੇ ਉੱਤੇ ਤਾਰ ਸਕਦੇ ਆ ਸਾਡੇ ਗਰੀਬੜਿਆਂ ਦੇ ਕੋਲ ਇਹੋ ਜੀਆਂ ਤਾਕਤਾਂ ਕਿੱਥੇ ਯਾਰ ਇਹ ਗੱਲਾਂ ਜਿਹੜੀਆਂ ਅਸੀਂ ਸ਼ੇਖ ਬਰਮ ਨੇ ਸੁਣੀਆਂ ਤਾਂ ਫੇਰ ਉਸ ਮਸੱਲੇ ਵਾਲੇ ਪੀਰ ਨੂੰ ਕਹਿਣ ਲੱਗਾ ਕਿ ਜਿਸ ਨੇ ਇੰਨੇ ਨਿਮਰਤਾ ਭਾਵ ਵਿੱਚ ਰਿਤੇ ਗਰੀਬੀ ਧਾਰ ਕੇ ਤੇਨਾ ਇੰਨੇ ਵਧੀਆ ਬਚਨ ਕੀਤੇ ਆ ਉਹ ਕੌਣ ਹੋ ਸਕਦਾ ਹੈ ਉਹ ਤਾਂ ਕੇਵਲ ਕੇਵਲ ਧੰਗੁਰ ਨਾਨਕ ਸਾਹਿਬ ਹੀ ਹੋ ਸਕਦੇ ਆ ਹਾਂ ਉਹ ਹੀ ਗੁਰਨਾਨਕ ਸਾਹਿਬ ਹੈ ਜਦ ਇਹ ਗੱਲ ਹੋਈ ਤਾਂ ਇਹ ਮਸੱਲੇ ਵਾਲਾ ਪੀਰ ਹੈਰਾਨ ਹੋ ਗਿਆ ਕਹਿਣ ਲੱਗਾ ਹੈ ਇਹ ਗੁਰਨਾਨਕ ਸਾਹਿਬ ਹੈ ਜੇਣਾ ਦਾ ਨਾਮ ਲੈਂਦੇ ਆ ਮੇਰਾ ਜਿਹੜਾ ਪੱਥਰ ਦਾ ਮਸੱਲਾ ਡੁੱਬ ਰਿਹਾ ਸੀ ਉਹ ਸਮੁੰਦਰ ਦੀ ਤਹਿ ਦੇ ਉੱਤੇ ਤਰਨ ਲੱਗ ਪਿਆ ਔਰ ਭੱਜਣ ਲੱਗ ਪਿਆ ਤੇ ਸ਼ੇਖ ਬਰਮ ਕਹਿਣ ਲੱਗੇ ਹਾਂ ਤੂੰ ਬਿਲਕੁਲ ਸੱਚ ਆਖਿਆ ਹੈ ਉਸ ਤੋਂ ਬਾਅਦ ਸ਼ੇਖ ਬਰਮ ਕਹਿਣ ਲੱਗੇ ਕਿ ਛੇਦੀਕਰ ਮੇਰੇ ਅੰਦਰ ਵੀ ਉਹਨਾਂ ਦੇ ਪ੍ਰਤੀ ਦਰਸ਼ਨਾਂ ਦੀ ਬੜੀ ਖਿੱਚ ਹੈਗੀ ਆ ਤੇ ਮੈਂ ਹਰ ਚੰ ਵਚਾਉਂਦਾ ਹੈਗਾ ਕਿ ਜਦ ਵੀ ਮੌਕਾ ਮਿਲੇ ਮੈਂ ਧੰਗ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਾਂ ਇਸ ਕਰਕੇ ਛੇਦੀਕਰ ਮੈਨੂੰ ਧੰਗ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਲੈ ਜਾ ਜਦ ਇਹਨੇ ਗੱਲ ਹੋਈ ਤੇ ਬਸ ਫੇਰ ਕੀ ਸੀ ਉਹ ਮਸਲੇ ਵਾਲਾ ਪੀ ਤੇ ਸ਼ੇਖ ਬ੍ਰਹਮ ਜੀ ਜਿਹੜੇ ਸਗੇ ਇਹ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਸ ਪਹੁੰਚ ਗਏ ਜਦ ਪਹੁੰਚ ਗਏ ਤਾਂ ਇਹ ਸ਼ੇਖ ਬ੍ਰਹਮ ਨੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਦਿਆਂ ਸਾਰੀ ਜਿਹੜੀ ਸੀ ਉਹ ਧਰਤੀ ਤੇ ਲੰਮੇ ਪੈ ਕੇ ਸਜਦਾ ਕੀਤੀ ਉਸ ਤੋਂ ਬਾਅਦ ਇਹ ਜਿਹੜਾ ਮਸਲੇ ਵਾਲਾ ਪੀ ਸੀਗਾ ਇਹਨੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਫੜ ਲਏ ਤੇ ਕਹਿਣ ਲੱਗਾ ਕਿ ਹੈ ਆਪ ਨਿਰੰਕਾਰ ਦਾ ਰੂਪ ਹੋ ਮੈਂ ਆਪ ਨੂੰ ਛਾਣਿਆ ਨਹੀਂ ਜਾਣਿਆ ਨਹੀਂ ਮੈਂ ਤਾਂ ਸਾਰੀ ਉਮਰ ਜਿਹੜਾ ਸੀਗਾ ਆ ਸ਼ਕਤੀਆਂ ਹਾਸਲ ਕਰਨ ਵਾਸਤੇ ਪੂਰਾ ਜ਼ਿੰਦਗੀ ਦਾ ਜਿਹੜਾ ਸੀ ਸਾਰਾ ਜੋਰ ਲਾਤਾ ਤੇ ਇਹ ਸ਼ਕਤੀਆਂ ਜਿਹੜੀਆਂ ਹੈ ਇਹ ਸਮੁੰਦਰ ਦੇ ਵਿੱਚ ਇਸ ਪੱਥਰ ਦੀ ਬੇੜੀ ਨੂੰ ਤਾਰਨਾ ਤੇ ਲੋਕਾਂ ਨੂੰ ਦਿਖਾ ਦਿਖਾ ਕੇ ਆਪਣੀ ਮਾਨਤਾ ਕਰਾਉਣੀ ਮੈਂ ਤਾਂ ਸਾਰੀ ਜ਼ਿੰਦਗੀ ਇਹਦੇ ਵਿੱਚ ਖਰਚ ਕਰ ਦਿੱਤੀ ਹੈਗੀ ਪਰ ਅੱਜ ਮੈਨੂੰ ਪਤਾ ਲੱਗਾ ਹੈ ਕਿ ਇਹ ਜਿਹੜਾ ਮਾਣ ਤਾਣ ਮੇਰੇ ਅੰਦਰ ਇਸ ਰਿਧੀਆਂ ਸਿੱਧਿੰਦੇ ਬਣ ਗਿਆ ਸੀਗਾ ਉਸ ਮਾਣ ਤਾਣ ਨੂੰ ਖਤਮ ਕਰਨ ਵਾਸਤੇ ਆਪ ਧੰਨ ਗੁਰਨਾਨਕ ਸਾਹਿਬ ਮਹਾਰਾਜ ਜੋ ਨਰੰਕਾਰ ਹੈ ਉਹਦਾ ਸਰਗਣ ਰੂਪ ਹੋ ਕੇ ਸੰਸਾਰ 'ਚ ਆਏ ਆ ਤੇ ਇਹ ਮੈਨੂੰ ਗਿਆਨ ਦਿਵਾਇਆ ਹੈਗਾ ਕਿ ਭਾਈ ਸ਼ਕਤੀਆਂ ਦੇ ਪਮਾ ਕੋਈ ਵੀ ਆਦਮੀ ਹਾਸਲ ਕਰ ਸਕਦਾ ਹੈ ਪਰ ਇਹਨਾਂ ਸ਼ਕਤੀਆਂ ਦੀ ਕੋਈ ਕੀਮਤ ਨਹੀਂ ਜਦ ਤੱਕ ਆਦਮੀ ਦੇ ਵਿੱਚ ਕੋਈ ਨਿਮਰਤਾ ਨਾ ਹੋਵੇ ਕਿਉਂਕਿ ਨਿਮਰਤਾ ਦੇ ਭਾਂਡੇ ਵਿੱਚ ਹੀ ਇਹੋ ਜਿਹੀਆਂ ਸ਼ਕਤੀਆਂ ਟਿਕਦੀਆਂ ਹੈਗੀਆਂ ਮੈਂ ਤਾਂ ਜਿੰਨੀ ਸਾਧਨਾ ਕਰ ਲੈਂਦਾ ਹੈ ਜਿੰਨੀ ਕਿ ਸ਼ਕਤੀ ਮੇਰੇ ਅੰਦਰ ਬਣਦੀ ਹੈਗੀ ਆ ਤੇ ਉਹ ਸ਼ਕਤੀ ਦੇ ਹਿਸਾਬ ਦੇ ਨਾਲ ਮੈਂ ਇਹ ਕਰਮਾਤਾ ਦੁਨੀਆ ਨੂੰ ਦਿਖਾ ਦਿਖਾ ਕੇ ਲੁਭਾਏ ਨਾਮਨ ਕਰਦਾ ਹੈਗਾ ਤੇ ਇਸ ਤਰ੍ਹਾਂ ਆਪਣੀ ਜਿਹੜੀ ਪੂਜਾ ਹੈਗੀ ਆ ਉਹ ਸੰਸਾਰ ਦੇ ਇਹਨਾਂ ਪੋੜੇ ਭਾੜੇ ਲੋਕਾਂ ਤੋਂ ਕਰਾਉਂਦਾ ਹੈਗਾ ਜੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਸੀ ਇਸ ਪੱਥਰ ਦੇ ਮਸੱਲੇ ਵਾਲੇ ਪੀਨੇ ਧੰਗ ਗੁਰਨਾਨਕ ਸਾਹਿਬ ਮਹਾਰਾਜ ਦੇ ਨਾਲ ਕੀਤੀਆਂ ਤੇ ਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਪਾਈ ਉਸ ਨਿਰੰਕਾਰ ਦੇ ਨਾਮ ਤੋਂ ਬਿਨਾ ਕੋਈ ਵੀ ਚੀਜ਼ ਸੰਸਾਰ ਦੇ ਵਿੱਚ ਚਿਹਰੇ ਦੀਆਂ ਸਿੱਧੀਆਂ ਕਰਾਮਾਤਾਂ ਤਾਕਤਾਂ ਇਹ ਅਸਲ ਦੇ ਵਿੱਚ ਸਾਰਾ ਕੁਝ ਜਿਹੜਾ ਹੈਗਾ ਇਹ ਇੱਕ ਸੁਆਹ ਦੀ ਨਿਆਈ ਹੈਗਾ ਇਹ ਜਿਹੜੀ ਸੁਆਹ ਹੈਗੀ ਆ ਇਹ ਛਾਰਪ ਬੂਤੀ ਜਿਹਨੂੰ ਅਸੀਂ ਆਖ ਦਿੰਦੇ ਆ ਇਹ ਬੂਤੀ ਜਿਹੜੀ ਆ ਕੇਵਲ ਤੇ ਕੇਵੋ ਸੰਸਾਰ ਦੇ ਵਿੱਚ ਰਹਿ ਜਾਂਦੀ ਆ ਅਸਲ ਦੇ ਵਿੱਚ ਕੀ ਹੈ ਕਿ ਜਦੋਂ ਇਹ ਜੀਵ ਉਸ ਨਿਰੰਕਾਰ ਦੇ ਦੇਸ਼ 'ਚ ਜਾਂਦਾ ਹੈ बस ਉਹਦੇ ਨਾਲ ਜਿਹੜੀ ਇੱਕੋ ਚੀਜ਼ ਜਾਂਦੀ ਉਹ ਜਾਂਦੀ ਉਹਦੀ ਗਰੀਬੀ ਤੇ ਉਸ ਗਰੀਬੀ ਵਿੱਚ ਕਮਾਈ ਹੋਈ ਸੱਚਾਈ ਜਪਿਆ ਹੋਇਆ ਨਾਮ ਉਹੀ ਹੀ ਵਾਹਿਗੁਰੂ ਦੇ ਦਰ ਤੇ ਸੋਝੀ ਪਉਂਦਾ ਹੈ ਤੇ ਉਹੀ ਉਹਨੂੰ ਦਰਗਾਹ ਦੇ ਵਿੱਚ ਪੱਤ ਦਵਾਉਂਦਾ ਤੇ ਇਹ ਜਪਿਆ ਹੋਇਆ ਨਾਮ ਨਿਮਰਤਾ ਦੇ ਵਿੱਚ ਉਸ ਜੀਵ ਦਾ ਲੋਕ ਤੇ ਪ੍ਰਲੋਕ ਸਵਾਰਦਾ ਹੈ ਜਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਪੱਥਰ ਦੇ ਬੇੜੀ ਵਾਲੇ ਪੀਰ ਨੂੰ ਜਿਹੜੇ ਸੀ ਇਸ ਤਰ੍ਹਾਂ ਦੇ ਪ੍ਰਦੇਸ਼ ਦਿੱਤੇ ਉਹ ਪੀਰ ਜਿਹੜਾ ਸੀ ਧੰਗੁਰ ਨਾਨਕ ਸਾਹਿਬ ਮਹਾਰਾਜ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਬੜਾ ਗੱਦਗੱਦ ਹੋਇਆ ਤੇ ਧੰਗੁਰ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਇਸ ਪੀਰ ਨੇ ਫਿਰ ਆਪਣਾ ਲੋਕ ਤੇ ਪਰਲੋਕ ਜਿਹੜਾ ਸੀ ਉਹ ਸਵਾਰ ਲਿਆ ਉਸ ਤੋਂ ਬਾਅਦ ਇਸ ਪੀਰ ਨੇ ਆਹ ਜਿਹੜਾ ਪੱਥਰ ਦਾ ਮਸੱਲਾ ਸੀ ਸਮੁੰਦਰ ਵਿੱਚ اتارنا ਤੇ ਲੋਕਾਂ ਨੂੰ ਦਿਖਾਉਣਾ ਇਹ ਸਾਰਾ ਕੁਝ ਬੰਦ ਕਰ ਦਿੱਤਾ ਕੇਵਲ ਤੇ ਕੇਵਲ ਧੰਗੁਰ ਨਾਨਕ ਸਾਹਿਬ ਮਹਾਰਾਜ ਦਾ ਮੰਤਰ ਜਿਹੜਾ ਸੀ ਨਿਰੰਤਰ ਜਪਣਾ ਸ਼ੁਰੂ ਕਰ ਦਿੱਤਾ ਤਾਂ ਹਰ ਟਾਈਮ ਇਸ ਮਸੱਲੇ ਵਾਲੇ ਪੀਰ ਦੇ ਮੁਖ ਤੇ ਇੱਕੋ ਹੀ ਗੱਲ ਰਹਿੰਦੀ ਸੀ ਓ ਮੰਤਰਿੰਦਾ ਸੀ ਧੰਗੁਰ ਨਾਨਕ ਧੰਗੁਰ ਨਾਨਕ ਧੰਗੁਰ ਨਾਨਕ ਐਸੇ ਕਰਕੇ ਸਾਨੂੰ ਗਰਵਣੀ ਨੇ ਆਖਿਆ ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰੱਖੀ ਮੇਰੀ ਸੋ ਦਾਸ ਇਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖੀਮਾ ਦਾ ਜਾਚਕਾ ਜੀ ਹੋਈਆ ਬਿਆੰਤ ਭੁੱਲਾ ਚੁੱਕਾਂ ਦੀ ਖੀਮਾ ਬਖਸ਼ਣੀ ਸੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ